ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਉਹ ਕੱਲ ਕਿਤੇ ਆਪਣੇ ਦੋਸਤ ਨਾਲ ਮਤਲਬ ਚਲੇ ਗਿਆ ਖੂਹ ਤੇ, ਬਹਿ ਗਿਆ ਜਾ ਕੇ ਖੂਹ ਦੀ ਮਾਉਂਟ ਤੇ, ਤੇ ਉਹ ਮਤਲਬ ਪਬਜੀ ਗੇਮ ਖੇਡਣ ਲੱਗ ਗਿਆ। ਉਹਦੀ ਚੱਕ ਅਚਾਨਚੱਕ ਗਿਰ ਗਿਆ ਪਿੱਛੇ, ਗੇਮ ਖੇਡ ਰਿਹਾ ਸੀਗਾ ਬੈਠਾ ਬੈਠਾ ਜੀ, ਗੇਮ ਖੇਡਦਾ ਖੇਡਦਾ ਪਿੱਛੇ ਨੂੰ ਗਿਰ ਗਿਆ ਜੀ। ਤੇ ਇੱਕ ਗੁਰਪ੍ਰੀਤ ਜੀ ਕੀ ਹੋਇਆ, ਕੌ ਕੀ ਲੱਗਦਾ ਜੀ ਤੁਹਾਡੇ ਜਿਹੜੇ ਬੱਚੇ ਦਾ ਹਾਸਾ? ਬਾਕੀ ਸਾਡਾ ਭਾਣਜਾ ਸੀ ਜੀ। ਅੱਛਾ ਜੀ। ਤੇ ਇਕੱਲਾ ਇਕੱਲਾ ਬੇਟਾ ਜੀ ਸਾਡਾ ਹੈ, ਤੇ ਸਭ ਤੋਂ ਬੜੀ ਗਲਤੀ ਮੈਂ ਸਰਕਾਰਾਂ ਦੀ ਔਰ ਪ੍ਰਸ਼ਾਸਨ ਦੀ ਮੰਨਦਾ ਮੈਂ, ਕਿਉਂ ਕਰਕੇ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਦੂਸਰਾ ਹਾਸਤਾ ਇਹ, ਕੋਈ ਨਹੀਂ ਕੁਛ ਕਰ ਰਿਹਾ। ਕਿੰਨੇ ਤੁਸੀਂ ਵੀ ਮੀਡੀਆ ਵਾਲੇ ਨੇ ਕਿੰਨਾ ਤੁਸੀਂ ਮਤਲਬ ਕਿ ਚਾਰੇ ਪਾਸੇ ਫੈਲਾਇਆ ਵੀ ਸਾਰੇ ਟਿਊਬਵੈਲ ਜਾਂ ਸਭ ਕੁਝ ਬੰਦ ਹੋਣਾ ਚਾਹੀਦਾ, ਕਿਉਂ ਨਹੀਂ ਜਾਲ ਲਾਉਂਦੀ ਪ੍ਰਸ਼ਾਸਨ, ਕਿਉਂ ਨਹੀਂ ਸਰਕਾਰਾਂ ਕੁਛ ਕਰ ਰਹੀਆਂ? ਅੱਜ ਸਾਡਾ ਬੇਟਾ ਗਿਆ, ਕੱਲ੍ਹ ਨੂੰ ਹੋਰ ਹਜ਼ਾਰਾਂ ਬੱਚੇ ਜਾਣਗੇ, ਕਿੱਥੇ ਗਈਆਂ ਸਰਕਾਰਾਂ ਸਾਡੀਆਂ? ਇੱਥੇ ਆਉਂਦੇ ਨੇ ਲੋਕ, ਗੱਲਾਂ ਮਾਰ ਕੇ ਚਲੇ ਜਾਂਦੇ ਨੇ, ਨੇਤਾ ਨਵੇਂ ਆਉਂਦੇ ਆ, ਉਹ ਕੁਛ ਨਹੀਂ ਕੋਈ ਕਰਦਾ। ਸਾਡਾ ਬੇਟਾ ਗਿਆ ਸਾਨੂੰ ਪਤਾ, ਅਸੀਂ ਕਹਿੰਦੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਪਰ ਭਰਾਵੋ ਜਿੰਨੇ ਟਿਊਬਵੈੱਲ ਸਾਰੇ ਬੰਦ ਕਰਵਾ ਦਿਉ, ਠੀਕ ਆ ਨਾ, ਕਿਸੇ ਹੋਰ ਦਾ ਬੱਚਾ ਨਾ ਜਾਵੇ। ਅੱਛਾ, ਇਹ ਹਾਦਸਾ ਵਾਪਰਿਆ ਕਿਵੇਂ? ਇਹ ਵਾਪਰਿਆ ਜੀ ਕੱਲ੍ਹ ਸ਼ਾਮ ਦੀ ਗੱਲ ਆ ਜੀ, 8:05 'ਤੇ ਇਹਨੇ ਬੱਚੇ ਨੇ ਫੇਸਬੁੱਕ 'ਤੇ ਫੋਟੋ ਪਾਈ ਆਪਣੀ, ਉੱਥੇ ਬੈਠਾ ਸੀਗਾ ਜੀ ਇਹ, ਇਹਦੇ ਨਾਲ ਕੋਈ ਦੋਸਤ ਸੀ ਹੋਰ ਇੱਕ, ਅਤੇ ਗੇਮ ਖੇਡ ਰਿਹਾ ਸੀਗਾ ਬੈਠਾ ਬੈਠਾ ਜੀ, ਗੇਮ ਖੇਡਦਾ ਖੇਡਦਾ ਪਿੱਛੇ ਨੂੰ ਗਿਰ ਗਿਆ ਜੀ ਇਹ। ਅਤੇ ਕੀ ਕਰਦਾ ਸੀਗਾ ਬੱਚਾ? ਇਹ ਬੱਚਾ ਪੋਸਟਮੈਨ ਸੀਗਾ ਜੀ ਆਪਣਾ, ਵਾਲੀਬਾਲ ਦਾ ਖੇਡਦਾ ਸੀਗਾ ਇਹ, ਬਾਕੀ ਇਕੱਲਾ ਹੀ ਇਕੱਲਾ ਸੀਗਾ ਜੀ। ਇੱਕ ਬੇਟਾ ਸਾਡਾ ਪਹਿਲਾਂ ਨੇਵੀ 'ਚ ਗਿਆ ਸੀਗਾ, 6 ਸਾਲ ਤੋਂ ਹੋ ਗਏ ਉਹ ਲੱਭ ਨਹੀਂ ਰਿਹਾ। ਇਹਦੇ ਚੱਕਰ ਦੇ ਵਿੱਚ ਸਾਡੀ ਸਿਸਟਰ ਸੀਗੀ ਜਿਹੜੀ, ਜਿਹੜਾ ਬੱਚਾ ਖੋਇਆ ਸਾਡਾ, ਉਹਦੀ ਵੀ ਡੈਥ ਹੋ ਗਈ ਸੀ, ਇਕੱਲਾ ਹੀ ਰਹਿ ਗਿਆ ਸੀ ਸਾਡਾ, ਇਹ ਵੀ ਪਰਮਾਤਮਾ ਨੇ ਖੋਲਿਆ। ਹੁਣ ਪਿੱਛੇ ਕੌਣ ਹੈ? ਪਿੱਛੇ ਇੱਕ ਬੇਟੀ ਰਹਿ ਗਈ ਜੀ ਸਾਡੇ ਕੋਲ। ਠੀਕ, ਬਸ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਪ੍ਰਸ਼ਾਸਨ ਨੂੰ ਜੇ ਕਿਤੇ ਅੱਖਾਂ ਖੁੱਲਦੀਆਂ, ਜੇ ਜਾਗਦੀ ਜ਼ਮੀਰ ਵਾਲੇ ਹੈਗੇ ਨੇ, ਤਾਂ ਕੱਲ੍ਹ ਨੂੰ ਕੋਈ ਹੋਰ ਬੱਚਾ ਇੱਦਾਂ ਲੱਗਰੇ ਤਾਂ ਸਾਰੇ ਬੰਦ ਹੋਣੇ ਚਾਹੀਦੇ ਨੇ ਜਿੰਨੇ ਵੀ ਨੇ। ਠੀਕ, ਕਿਹੜਾ ਕਿੰਨੇ ਚਿਰ ਦਾ ਜਿਹੜਾ ਬੱਚਾ ਸੀ ਜਿਹੜਾ ਖੂਹ 'ਚ ਗਿਰ ਕੇ ਮਰਿਆ, ਕਿਵੇਂ ਮਰਿਆ? ਸਰ ਉਹਦਾ ਨਾਮ ਸੀ ਦਵਿੰਦਰ ਸਿੰਘ, ਅਤੇ ਉਹ 24-25 ਸਾਲ ਉਹਦੀ ਉਮਰ ਸੀ, ਅਤੇ ਉਹ ਕੱਲ੍ਹ ਕਿਤੇ ਆਪਣੇ ਦੋਸਤ ਨਾਲ ਮਤਲਬ ਚਲੇ ਗਿਆ ਖੂਹ 'ਤੇ, ਬਹਿ ਗਿਆ ਜਾ ਕੇ ਖੂਹ ਦੀ ਮਾਉਣ 'ਤੇ, ਅਤੇ ਉਹ ਮਤਲਬ ਪਬਜੀ ਗੇਮ ਖੇਡਣ ਲੱਗ ਗਿਆ, ਉਹਦੀ ਚੱਕ ਅਚਾਨਚੱਕ ਗਿਰ ਗਿਆ ਪਿੱਛੇ ਨੂੰ। ਅੱਛਾ ਜੀ, ਅਤੇ ਜਿਹੜਾ ਖੂਹ ਸੀਗਾ ਕਿੱਥੇ, ਰੋਡ ਦੇ ਉੱਪਰ ਹੀ ਹੈ ਕਿੱਥੇ ਹੈਗਾ ਜੀ? ਨਹੀਂ ਫਿਰ ਰੋਡ ਤੋਂ ਥੋੜ੍ਹਾ ਹੀ ਹੈ, 1 ਕਿਲਾ ਪਿੱਛੇ ਉੱਥੇ ਮਤਲਬ ਸਾਂਝਾ ਜਿਹਾ ਖੂਹ ਆ। ਕਿਸ ਵਾਸਤੇ ਬਣਾਇਆ ਗਿਆ ਸੀ ਖੂਹ ਇਹ? ਪੁਰਾਣਾ ਖੂਹ ਹੈ ਜੀ, ਉਹ ਤਾਂ ਬਹੁਤ। ਕਿੰਨਾ ਕੁ ਡੂੰਗਾ ਹੈ? ਡੂੰਗਾ ਵੀ ਹੋਊ 50 ਫੁੱਟ। ਇੱਥੇ ਕੋਈ ਜਾਲ ਵਗੈਰਾ ਜਾਂ ਕੁਛ ਲਗਾਇਆ ਨਹੀਂ ਹੋਇਆ? ਕੰਧ ਕੀਤੀ ਹੋਈ ਹੈ ਸਰ 2-3 ਫੁੱਟ ਉੱਚੀ। ਨਹੀਂ, ਉੱਪਰ ਨਹੀਂ ਕੁਛ ਬੰਦ ਕੀਤਾ? ਨਹੀਂ, ਉੱਪਰ ਉਹਦੇ ਕੁਛ ਨਹੀਂ। ਕਿਹੜੇ ਦੋਸਤ ਨਾਲ ਗਿਆ ਸੀ? ਪਿੰਡ ਦਾ ਹੀ ਮੁੰਡਾ ਜੀ ਕੋਈ। ਅੱਛਾ, ਫਿਰ ਇਹਨੂੰ ਜਿਹੜਾ ਬੱਚੇ ਨੂੰ ਕਿਵੇਂ ਕੱਢਿਆ ਗਿਆ ਤੇ ਕੀ ਕਰਿਆ ਪ੍ਰੋਸੈਸ ਪੂਰਾ? ਪਹਿਲਾਂ ਸਰ ਉਹਨੂੰ ਮਤਲਬ ਸਮਰਸੀਬਲ ਮੋਟਰ ਪਾ ਕੇ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ, ਉਹ 'ਚ ਟਾਈਮ ਲੱਗ ਰਿਹਾ ਸੀ, ਫਿਰ ਉਹ ਤੋਂ ਬਾਅਦ ਇੱਕ ਕੁੰਡੀ ਬਣਾ ਕੇ ਕੱਢਿਆ, ਕੁੰਡੀ 'ਚ ਉਹਦਾ ਮਤਲਬ ਲੋਅਰ ਫਸ ਗਿਆ, ਪੈਰ ਫਸ ਕੇ ਉਹਦਾ ਬਾਹਰ ਕੱਢ ਲਿਆ। ਕੀ ਮੰਗ ਕਰਦੇ ਹੋ ਸਰਕਾਰ ਤੋਂ ਵੀ ਜਿਹੜੇ ਇਹੋ ਜਿਹੇ ਪਹਿਲਾਂ ਵੀ ਹਾਦਸਾ ਹੋ ਕੇ ਹਟਿਆ, 2 ਦਿਨ ਪਹਿਲਾਂ ਇੱਥੇ 3 ਬੱਚੇ ਮਰੇ ਨੇ ਅਤੇ ਹੁਣ ਇੱਕ ਬੱਚਾ ਇਹ ਵੀ ਖੂਹ 'ਚ ਗਿਰ ਕੇ ਹੀ ਮਰਿਆ? ਸਰ ਗੱਲ ਤਾਂ ਇਹ ਵੀ ਮਤਲਬ ਵੈਸੇ ਤਾਂ ਚਲੋ ਉਹਨਾਂ ਦੇ ਉੱਪਰ ਖੂਹਾਂ ਦੇ ਉੱਪਰ ਜਾਲ ਪਾਉਣਾ ਚਾਹੀਦਾ, ਪਰ ਫਿਰ ਵੀ ਆਪਾਂ ਗਲਤੀ, ਚਲੋ ਖੂਹ ਵਾਲੇ ਤਾਂ ਕੋਈ ਬਹੁਤ ਪੁਰਾਣਾ ਖੂਹ ਹੈ ਪਹਿਲਾਂ, ਹੁਣ ਪੁਰਾਣੇ ਟਾਈਮ ਦੇ ਵੀ ਖੂਹ ਦੇ, ਅਸੀਂ ਵੀ ਖੂਹਾਂ ਦੇ ਨੇੜੇ ਖੇਡ ਖੂਡ ਕੇ ਪਲੇ ਹਾਂ, ਵੀ ਮਤਲਬ ਜੇ ਆਪਾਂ ਕਹੀਏ ਵੀ ਕਿਸੇ ਖੂਹ ਵਾਲੇ ਦਾ ਕੋਈ ਕਸੂਰ ਨਹੀਂ ਇਹਦੇ ਵਿੱਚ। ਨਹੀਂ, ਟਕੇ ਜਾਣ ਦੀ ਗੱਲ, ਟਕੇ ਚਲੋ ਟਕੇ ਤਾਂ ਜਾਣੇ ਚਾਹੀਦੇ ਨੇ, ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਅਣਗਹਿਲੀ ਤਾਂ ਹੈ ਨਾ ਇਹ? ਹਾਂਜੀ, ਉਹਨਾਂ ਦੀ ਵੀ ਹੈ, ਚਲੋ ਜੇ ਸਾਂਝਾ ਤਾਂ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ, ਜ਼ਿਲ੍ਹੇ 'ਚ ਕਿਹਾ ਜਾਂਦਾ ਹਰੇਕ ਜ਼ਿਲ੍ਹੇ ਦੇ ਵਿੱਚ ਸਾਨੂੰ ਰਿਪੋਰਟਾਂ ਦਿਓ ਕਿੰਨੇ ਮੋਬਾਈਲ ਲੰਘੇ ਨੇ, ਕਿੰਨੇ ਬੰਦ ਹੋ ਚੁੱਕੇ ਨੇ, ਟੀਵੀ ਦੇ ਵਿੱਚ ਦਿਖਾਇਆ ਜਾਂਦਾ ਵੀ ਹਾਂ ਅਸੀਂ ਇੰਨੇ, ਸਾਡੇ ਜ਼ਿਲ੍ਹੇ ਦੇ ਵਿੱਚ ਇੰਨੇ ਸੀ, ਅਸੀਂ ਇੰਨੇ ਬੰਦ ਕਰਦੇ ਨੇ, ਉਸ ਤੋਂ ਬਾਅਦ ਇਹ ਹਾਲਤ ਕਿਵੇਂ ਕਿਸੇ ਨੂੰ ਦਿਖਿਆ? ਫਤਿਹਗੜ੍ਹ ਜ਼ਿਲ੍ਹੇ ਦੀ ਪ੍ਰਸ਼ਾਸਨ ਦੀ ਗਲਤੀ ਹੈ। ਕੀ ਮੰਗ ਕਰਦੇ ਹੋ ਤੁਸੀਂ? ਬੰਦ ਹੋਣੇ ਚਾਹੀਦੇ ਨੇ, ਢਕੇ ਹੋਣੇ ਚਾਹੀਦੇ ਨੇ, ਕਵਰ ਹੋਣੇ ਚਾਹੀਦੇ ਨੇ, ਕਿਸੇ ਵੀ ਹੋਰ ਨਾ ਕੋਈ ਹਾਦਸਾ ਹੋ ਸਕੇ। ਇਹ ਜਿਹੜਾ ਮੁੰਡਾ ਸੀ ਕਹਿੰਦੇ ਸੀ ਪਲੇਅਰ ਸੀ, ਕੀ ਖੇਡਦਾ, ਗੇਮ ਖੇਡਦਾ? ਵਾਲੀਬਾਲ ਖੇਡਦਾ ਜੀ। ਕਿੰਨੀ ਕੁ ਉਮਰ ਸੀਗੀ? ਕਿੰਨੀ ਕੁ ਉਮਰ ਹੈਗੀ ਹੈ ਜੀ ਬੱਚੇ? ਉਮਰ 25 ਸਾਲ। ਕੀ ਮੰਗ ਕਰਦੇ ਹੋ ਸਰਕਾਰਾਂ ਤੋਂ ਤੁਸੀਂ? ਅਸੀਂ ਤਾਂ ਬਈ ਖੂਹ ਬੰਦ ਹੋਣੇ ਚਾਹੀਦੇ ਨੇ ਸਾਰੇ, ਕੋਈ ਵੀ ਜਾਂ ਬੋਰਵੈਲ ਦੇ ਵਿੱਚ ਕਿੰਨੇ ਹਾਦਸੇ ਹੋ ਲੈਣੇ, ਉਹ ਤੋਂ ਬਾਅਦ ਦੇ ਵਿੱਚ ਫਿਰ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ, ਹਜੇ ਵੀ ਖੂਹ ਖੁੱਲ੍ਹੇ ਅਤੇ ਖੁੱਲ੍ਹੇ ਨੇ। ਇਹ ਬੱਚੇ ਦੀ ਫੈਮਿਲੀ 'ਚ ਹੋਰ ਕੌਣ ਹੈ ਜੀ? ਸਰ ਇਹਦਾ ਬੜਾ ਭਰਾ ਸੀ, ਪਹਿਲਾਂ ਉਹ ਗੁੰਮ ਹੈ, ਅਸੀਂ ਪੁੰਨੇ ਤੱਕ ਜਾ ਕੇ ਲੱਭਿਆ, ਉਹ ਨਹੀਂ ਮਿਲਿਆ, ਇਹ ਸੀ ਇਹ ਵੀ ਗਿਆ, ਹੁਣ ਇੱਕ ਭੈਣ ਹੈ। ਬੋਲੇ ਹੁਣ ਲਾਸਟ ਇਹੀ ਸਹਾਰਾ ਸੀ ਬਾਬਾ, ਤੁਸੀਂ ਇਸ ਲਈ ਪ੍ਰਸ਼ਾਸਨ ਕੋਲ ਤੁਸੀਂ ਕੋਈ ਗਹਾਰ ਲਗਾਈ ਗਏ ਵੀ ਆ ਜਿਹੜੇ ਬੰਦ ਹੋਣੇ ਚਾਹੀਦੇ ਨੇ? ਨਹੀਂ, ਅਸੀਂ ਕਿਤੇ ਨਹੀਂ ਗਏ, ਸਾਡੇ ਕੋਲ ਜਾਂਦੇ ਕਿਸੇ ਮੌਕੇ, ਕੱਲ੍ਹ ਰਾਤ ਨੂੰ ਕੱਢਿਆ ਸਾਰੀ ਰਾਤ, ਅਸੀਂ ਇੱਦਾਂ ਬੈਠੇ ਹਾਂ। ਕੋਈ ਪ੍ਰਸ਼ਾਸਨਿਕ ਅਧਿਕਾਰੀ ਉੱਥੇ ਪੁੱਜਿਆ ਮੌਕੇ 'ਤੇ ਜਿੱਥੇ ਬੱਚਾ ਗਿਰਿਆ ਹੋਇਆ ਸੀਗਾ? ਨਾ, ਸਾਡੇ ਪੰਚਾਇਤ ਮੈਂਬਰ ਹੈਗੇ। ਕੋਈ ਸਰਕਾਰੀ ਅਧਿਕਾਰੀ ਜਾਂ ਕੋਈ ਪਹੁੰਚਿਆ? ਠੀਕ ਸਰ, ਇੱਕ ਜਿਹੜਾ ਇੱਕ ਬੱਚਾ ਜਿਹੜਾ ਖੂਹ ਦੇ ਵਿੱਚ ਗਿਰਨ ਨਾਲ ਮੌਤ ਹੋਈ ਹੈ, ਕੀ ਹੈਗਾ ਜੀ ਉਹ? ਹਾਂਜੀ, ਇੱਕ ਧਿਆਨ 'ਚ ਆਇਆ ਹੈਗਾ ਕਿ ਦਵਿੰਦਰ ਸਿੰਘ ਕਰਕੇ ਇੱਕ ਲੜਕਾ ਚਨਾਰਥਨ ਪਿੰਡ ਦੇ ਵਿੱਚ, ਉਹ ਕੋਈ ਗੇਮ ਵਗੈਰਾ ਖੇਡ ਰਿਹਾ ਸੀ ਮੋਬਾਈਲ 'ਤੇ,
ਅਸੀਂ ਕਾਰਵਾਈ ਕਰਵਾਤੀ ਸੀ, ਹੁਣ ਇਹ ਪਿੰਡਾਂ ਨੂੰ ਕਰਵਾ ਰਹੇ ਵੀ ਜਿਹੜੇ ਖੂਹ ਵਗੈਰਾ ਵੀ ਨੇ ਵੀ ਇਹਨਾਂ ਨੂੰ ਜਾਲੀ ਨਾਲ ਜਾਂ ਕਿਸ ਤਰੀਕੇ ਨਾਲ ਢੱਕ ਕੇ ਤਾਂ ਕਿ ਹਾਦਸੇ ਜੋ ਇਸ ਤਰ੍ਹਾਂ ਦੇ ਨੇ ਉਹ ਫਰਦਰ ਨਾ ਵਾਪਰ। ਸਰ ਨੌਲੇਜ ਹੈ ਵੀ ਕਿੰਨੇ ਕਿੱਦਾਂ ਦੇ ਖੂਹ ਹੈਗੇ ਆ ਜੀ? ਨਹੀਂ ਇਸ ਤਰ੍ਹਾਂ ਦਾ ਦੇਖੋ ਆਈਡੀਆ ਕੁਛ ਨਹੀਂ, ਪਰ ਅਜੂਮ ਇਹ ਕੀਤਾ ਜਾਂਦਾ ਵੀ ਜਿਹੜੇ ਖੂਹ ਆਲਮੋਸਟ ਆਪਣੇ ਹਰੇਕ ਪਿੰਡ 'ਚ ਹੋਣਗੇ, ਬਹੁਤੇ ਸਾਰੇ ਪਹਿਲਾਂ ਢੱਕੇ ਹੋਏ ਹੈਗੇ ਨੇ। ਇਸ ਤਰ੍ਹਾਂ ਨਹੀਂ ਕਿ ਸਾਰੇ ਹੀ ਉਹ ਹੈਗੇ, ਕੁਛ ਕੁਛ ਖੂਹ ਹੋ ਸਕਦੇ ਇਸ ਤਰ੍ਹਾਂ ਦੇ, ਹੁਣ ਜਿਹੜੇ ਵੰਡਰ ਹੋ ਗਏ ਜਾਂ ਉੱਤੋਂ ਕੋਈ ਚੋਰੀ ਕਰਕੇ ਲੈ ਗਿਆ ਕਵਰ ਜਾਂ ਕੁਛ ਇਸ ਤਰ੍ਹਾਂ ਦੇ, ਉਹ ਹਜੇ ਤਾਂ ਕੱਢਦੇ ਨੇ ਕਿ ਇਹਨਾਂ ਨੂੰ ਵੀ ਜਿਹੜਾ ਪੰਚਾਇਤਾਂ ਵੱਲੋਂ ਇਹਨਾਂ ਨੂੰ ਵੀ ਕਵਰ ਕਰਾਇਆ ਜਾਵੇ। Please subscribe our channel for more updates. You can follow us Twitter and Facebook.